ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਨੇ ਦਰਅਸਲ ਇੱਕ ਕਿਸਾਨ ਦੇ ਵੱਲੋਂ ਇੱਕ ਗਾਂ ਨੂੰ ਆਪਣੇ ਟਰੈਕਟਰ ਦੇ ਪਿੱਛੇ ਪਾ ਕੇ ਘੜੀਸਿਆ ਗਿਆ ਹੈ ਤਸਵੀਰਾਂ ਬੇहद ਪਰੇਸ਼ਾਨ ਕਰਨ ਵਾਲੀਆਂ ਨੇ ਦੱਸਦੀ ਹੈ ਕਿ ਇੱਕ ਖੇਤ ਦੇ ਵਿੱਚ ਇੱਕ ਗਾਂ ਵੜ ਗਈ ਸੀ ਤੇ ਜਿਸ ਤੋਂ ਬਾਅਦ ਕਿਸਾਨ ਨੂੰ ਗੁੱਸਾ ਆ ਗਿਆ ਤੇ ਉਸ ਨੇ ਟਰੈਕਟਰ ਪਿੱਛੇ ਪਾ ਕੇ ਕਰੀਬ 2 ਕਿਲੋਮੀਟਰ ਤੱਕ ਇਸ ਗਾਂ ਨੂੰ ਘੜੀਸਿਆ ਹੈ ਤਾਂ ਜ਼ਿੰਦਗੀ ਦੇ ਆਏ ਤਸਵੀਰਾਂ ਨੇ ਟਰੈਕਟਰ ਨਾਲ ਬਨ ਕੇ 2 ਕਿਲੋਮੀਟਰ ਤੱਕ ਇਹ ਕਿਸਾਨ ਇਸ ਗਾਂ ਨੂੰ ਕੁੜਿਸਕੇ ਲੈ ਗਿਆ ਕਿਸਾਨ ਦੇ ਖੇਤ ਦੇ ਵਿੱਚ ਗਾਂ ਵੜ ਗਈ ਸੀ ਬੇਜ਼ੁਬਾਨ ਗਾਂ ਤੇ ਇਸ ਨੇ ਕਹਿਰ ਟਾਇਆ ਇਹ ਹਾਲਾਂਕਿ ਪੁਲਿਸ ਨੇ ਇਸਨੂੰ ਦੀ ਮਾਮਲਾ ਵੀ ਦਰਜ ਕਰ ਲਿਆ ਤਾਂ ਖੇਤ ਦੇ ਵਿੱਚ ਗਾਂ ਕੁਸ ਗਈ ਵੜ ਗਈ ਤੇ ਜਿਸ ਕਰਕੇ ਖੇਤ ਦੇ ਮਾਲਕ ਨੇ ਟਰੈਕਟਰ ਦੇ ਪਿੱਛੇ ਬਨ ਕੇ ਗਾਂ ਨੂੰ ਕੁੜਿਸਿਆ 2 ਕਿਲੋਮੀਟਰ ਤੱਕ ਗਾਂ ਨੂੰ ਕੁੜਿਸਦਾ ਹੋਇਆ ਲੈ ਗਿਆ ਤੇ ਬੁਰੀ ਹਾਲਤ ਹੈ ਹੁਣ ਇਸ ਗਾਂ ਦੀ ਤਸਵੀਰਾਂ ਹਾਂਸੀ ਤੋਂ ਸਾਹਮਣੇ ਆਈਆਂ ਨੇ ਹਰਿਆਣਾ ਦੇ ਹਾਂਸੀ ਤੋਂ ਇਹ ਤਸਵੀਰਾਂ ਨੇ ਜਿੱਥੇ ਇਹ ਵੀਡੀਓ ਉੱਥੇ ਖੜੇ ਸ਼ਖਸ ਦੇ ਵੱਲੋਂ ਬਣਾਈ ਗਈ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਹਾਲਾਂਕਿ ਹਾਲਾਂਕਿ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਏ ਪਰ ਇਸ ਵੀਡੀਓ ਨੂੰ ਦੇਖ ਕੇ ਜ਼ਰੂਰ ਇਹ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਬੇਰਹਿਮੀ ਦੇ ਨਾਲ ਇਸ ਨੂੰ ਘੜੀਸਿਆ ਕਿਉਂਕਿ ਜਿਹੜੀ ਗਾਂ ਹੈ ਉਹ ਤੜਪ ਰਹੀ ਹੈ ਤੇ ਉਸ ਨੂੰ ਇਹ ਟਰੈਕਟਰ ਤੇ ਪਿੱਛੇ ਪਾ ਕੇ ਘੜੀਸ ਰਿਹਾ ਏ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਖੇਤ ਦੇ ਵਿੱਚ ਇਹ ਗਾਂ ਵੜ ਜਾਂਦੀ ਹੈ ਜਿਸ ਤੋਂ ਬਾਅਦ ਇਹ ਉਸ ਨੂੰ ਟਰੈਕਟਰ ਦੇ ਪਿੱਛੇ ਬਨ ਕੇ ਕੜੀਸ ਦਾ ਇਹ ਕਰੀਬ 2 ਕਿਲੋਮੀਟਰ ਤੱਕ ਕੜੀਸਦਾ ਹੋਇਆ ਲੈ ਜਾਂਦਾ ਹੈ ਤਾਂ ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਨੇ ਟਰੈਕਟਰ ਨਾਲ ਬਨ ਕੇ ਇਸ ਨੇ ਗਾਂ ਨੂੰ ਕੜੀਸਿਆ ਹੈ 2 ਕਿਲੋਮੀਟਰ ਤੱਕ ਕੜੀਸ ਕੇ ਲੈ ਗਿਆ ਹੈ ਤੇ ਖੇਤਾਂ ਦੇ ਵਿੱਚ ਇਸ ਦੇ ਗਾਂ ਵੜ ਗਈ ਸੀ ਤੇ ਇਸ ਨੇ ਬੇਜ਼ੁਬਾਨ ਗਾਂ ਤੇ ਕਹਿਰ ਟਾਇਆ ਹੈ ਹਾਲਾਂਕਿ ਪੁਲਿਸ ਨੇ ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਹੈ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਹੀਠਾ ਜਿਹੜੀ ਗਾਂ ਹੈ ਇਹ ਸੜਕ ਤੇ ਉਸ ਨੂੰ ਘੜੀਸਦਾ ਹੋਇਆ ਲੈ ਕੇ ਜਾ ਰਿਹਾ ਹੈ ਗਾਂ ਤੁਰ ਨਹੀਂ ਰਹੀ ਕਿਉਂਕਿ ਤਸਵੀਰਾਂ ਤੁਹਾਨੂੰ ਸਿੱਧੇ ਤੌਰ ਤੇ ਅਸੀਂ ਨਹੀਂ ਦਿਖਾ ਸਕਦੇ ਗਾਂ ਜਿਹੜੀ ਆ ਉਹ ਘੜੀਸੀ ਜਾ ਰਹੀ ਹੈ ਗਾਂ ਨੂੰ ਗਲੀ ਦੇ ਵਿੱਚ ਸੜਕ ਦੇ ਉੱਤੇ ਇਹ ਘੜੀਸਦਾ ਹੋਇਆ ਲੈ ਕੇ ਜਾ ਰਿਹਾ ਹੈ ਇਹ ਪੂਰੀ ਵੀਡੀਓ ਤੁਹਾਨੂੰ ਦਿਖਾਉਨੇ ਆ ਰਾਮ ਰਾਮ ਭਾਈ ਸਾਰਣ ਆ ਇਹ ਵੀਡੀਓ ਰਾਮਪੁਰਾ گاਉ ਉਰਫ ਨਯਾ گاਉ ਤਹਿਸੀਲਾਂ ਸੀ ਵਾਹ ਕੀ ਵੀਡੀਓ ਹੈ और इस बंदे ने इस के साथ इतना गलत किया है कि इसके में बस शरण खातर बड़ी थी और इसने यह गांव ट्रैक्टर को बांध के अपना खेत तक लेके घर लगम तो दो किलोमीटर सफर पड़ा है वहां तक इस गांव की इतनी बिहार माटी दी भाई और इस गांव की आज ऐसी हालत और इस गांव के कीड़े सारे छुली पड़ी है